ਨੂੰ ਤੈਨੂੰ ਆਉਂਦਾ ਠੀਕ ਕਰਨਾ? ਨਹੀਂ ਬੇਬੇ, ਨਹੀਂ ਬੇਬੇ, ਪੰਜ ਪੜੀ ਹੋਈ ਹੈ, ਤੈਨੂੰ ਆਉਂਦਾ ਠੀਕ ਕਰਨਾ ਟੀਪੀ? ਹੁਣ ਮੇਰੀ ਸਰਪੰਚੀ ਪੱਕੀ। ਆ ਵੇਖ, ਬਾਬਾ ਜੀ ਨੇ ਪਰਚੀ ਤੇ ਲਿਖਤਾ, ਸਰਪੰਚਣੀ ਵੱਲੋਂ 100 ਰੁਪਈਆ ਗੁਪਤ ਦਾਨ। ਮਾੜੀ ਜੀ ਆਪਦੀ ਗੁੱਤ ਚੱਕੀ? ਕਿਉਂ? ਸਿਆਣੇ ਆ ਦੇ ਆਖੇ ਜਨਾਨੀ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ, ਮੈਨੂੰ ਤੇਰੇ ਇੱਥੇ ਵੀ ਨਹੀਂ ਦੀਂਦੀ। ਬਾਪੂ ਮੈਂ ਫਿਲਮ ਦੇਖਣ ਜਾਣਾ ਹੈ। ਕਿਹੜੀ ਫਿਲਮ? ਕੈਂਚੀ ਕਪੜਾ ਔਰ ਮਸ਼ੀਨ। ਓ ਬਾਈ ਜੀ, ਓ ਚਾਹ ਖਤਮ ਹੋ ਗਈ ਹੈ, ਕਿਤੇ ਗਲਾਸ ਹੀ ਨਾ ਖਾ ਜੀ ਗਰੀਬ ਦਾ। ਚੜ੍ਹਦੀ ਵਰਸ ਕਹਦੇ ਹੋਣ ਗੱਭਰੂ ਨਾ ਬਾਲੀ ਜੇਲ ਦੇ। ਦੁੱਧ ਤੇ ਪੁੱਤ ਦਾ ਉੱਬਲਦਿਆਂ ਦਾ ਕਿਤੇ ਪਤਾ ਲੱਗਦਾ ਭਲਿਆ ਲੋਕਾਂ? ਮੈਨੂੰ ਨੌ ਚਾਹੀਦੀ ਆ। ਉਰਦ ਜਦੋਂ ਵੀ ਵੇ ਮੈਂ ਮੋਰਨੇ ਦੀ ਤੋ ਹੋ ਜਿੰਨੇ ਸਭ ਮੈਂ ਨਹੀਂ ਦੇ। ਮੁੰਡੇ ਦਾ ਕੱਦ ਕਾਠ ਥੁੱਡੇ ਤੇ ਗਿਆ ਜਾਂ ਪਿਓ ਤੇ? ਸੁੱਖ ਨਾਲ ਇਹਨਾਂ ਤੇ ਗਿਆ ਵੀਰੇ, ਇਹ ਤਾਂ ਫੇ ਜਮਾ ਗੱਟ ਕਿਤੇ ਲੱਗਦੀ ਆ। ਚੱਲ ਚਲੋ, ਤੂੰ ਨਹੀਂ ਹਿਸਾਬ ਚਾਉਂਦੀ ਬਾਈ? ਜਿਹੜੀਆਂ ਫੋਟੋ ਤੁਹਾਡੇ ਹਿਸਾਬ ਕਿਤਾਬ ਚ ਨਹੀਂ ਆਈਆਂ, ਮੈਂ ਕਿਸੇ ਫੋਟੋ ਦੇ ਹਿਸਾਬ ਕਿਤਾਬ ਚ ਆਉਣਾ ਭਲਾ? ਬਣ ਗਏ ਜੱਟਾਂ ਦੇ ਪੁੱਤ ਸੋਹ ਸੋਹਣਿਆ ਮੇਰੇ ਦੇ ਨਾਮ ਰੱਟ ਦੇ। ਵੈਸੇ ਆਪਣੇ ਕਮਾਊ ਪੁੱਤ ਦੀ ਉਮਰ ਕਿੰਨੀ ਕਿਆ ਜੀ? ਉਮਰ ਮਤਲਬ ਤੁਸੀਂ ਮਾਡਲ ਪੁੱਛਦੇ ਹੋ? ਦੇਖੋ ਜੀ, ਹੁਣ ਚੱਲਦਾ 95 ਤੇ 71 ਚ ਹੋਇਆ ਮੇਰਾ ਵਿਆਹ, 72 ਮਾਡਲ ਲਾ ਲੋ। ਜੇ ਬਾਪੂ ਨੇ ਮੇਰਾ ਵਿਆਹ ਉੱਥੇ ਕਰਤਾ ਨਾ, ਤਾਂ ਤੁਸੀਂ ਮੇਰਾ ਮਰੇ ਦਾ ਮੂੰਹ ਦੇਖੋਗੇ। ਓ ਰਸਾ ਕਿੱਥੇ ਆ ਓਏ, ਓਏ ਓ ਖੂਜ ਡਗ ਪਿਆ ਓਏ, ਓ ਰਸਾ ਓ ਰਸਾ ਗਿਆ। ਓ ਕਿਉਂ ਲੋ ਮੈਨੂੰ ਮੈਂ ਵੈਣ ਪਾਈ ਜਾਨੀ ਆ? ਓ ਨੰਦੂ ਕਾ ਕੁੱਤਾ ਡਗ ਪਿਆ, ਖੂਜ ਉਹਨੂੰ ਬਾਹਰ ਕੱਢਣਾ। ਦਰ ਫਿਟੇ ਬੂ ਤੇਰਾ ਕਲਿਆਣਿਆ। ਮੈਂ ਜ਼ੁਬਾਨ ਫੜਾਈ ਬੈਠਾ, ਸਾਰਾ ਪਿੰਡ ਜਾਣਦਾ ਹੈ ਵੀ ਮੇਰੀ ਜ਼ੁਬਾਨ ਪੱਕੀ ਤੇ ਮੁੱਛ ਖੜੀ। ਪਿਓ ਨੇ ਰਿਸ਼ਤਾ ਪੱਕਾ ਕੀਤਾ ਹੋਵੇ, ਉਹੀ ਪਿਓ ਆਪਦੇ ਪੁੱਤ ਦੀਆਂ ਬਦਕੋਈਆਂ ਕਰਕੇ ਰਿਸ਼ਤਾ ਤੋੜ ਦੇਵੇ, ਇਹ ਤਾਂ ਭੈਣ ਜੀ ਫਿਰ ਕੋਈ ਮੁੱਛ ਖੜੀ ਵਾਲੀ ਗੱਲ ਨਾ ਹੋਈ। ਮੇਰਾ ਭਰਾ ਨਾ ਦਿਮਾਗੀ ਤੌਰ ਤੇ ਬਹੁਤਾ ਠੀਕ ਨਹੀਂ ਰਹਿੰਦਾ, ਕਦੀ ਕਦੀ ਦੌਰੇ ਪੈਂਦੇ ਨੇ ਵਿਚਾਰੇ ਨੂੰ। ਮੈਂ ਕਿਹਾ ਤੂੰ ਨਾ ਦੀ ਗੱਲ ਕਰਦਾ, ਨੁੱਕਰ ਵੀ ਹੋ ਗਈ। ਉਹ ਤੇਰੀ ਮਿੱਟੀ ਪਲੀਤ ਕਰਕੇ ਪਿੰਡ ਵਾਲਿਆਂ ਨੇ ਤੈਨੂੰ ਕੱਢਿਆ ਸੀ, ਹੁਣ ਇੱਥੇ ਕੀ ਲੈਣਾ ਗਿਆ? ਦਫਾ ਦੇ ਇੱਥੋਂ। ਪਾਲੀ ਮੇਰੀ ਛੋਟੀ ਭੈਣ, ਤੂੰ ਮੈਨੂੰ ਦੱਸ ਤੇਰੀ ਖੁਸ਼ੀ ਕਾਹਦੇ ਚ? ਵੀਰੇ ਕਦੇ ਤੰਦੂਰ ਚ ਫਸਿਆ ਕੁੱਤਾ ਦੇਖੀਏ? ਓਏ ਮਾਰਦਾ ਓਏ।